ਅੱਛਾ ਡਾਂਸੀ ਡਾਂਸੀ ਕਰਦੇ, ਡਾਂਸੀ ਡਾਂਸੀ, ਹਾਂਜੀ ਡਾਂਸੀ ਡਾਂਸੀ ਕਰਦੇ, ਡਾਂਸੀ ਡਾਂਸੀ ਕੈਸੇ ਕਰਦੇ, ਡਾਂਸੀ 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 ਔਰ ਡਾਂਸੀ ਡਾਂਸੀ ਡਾਂਸੀ। ਓ ਹੈਲੋ, ਇੱਕ ਪਾਸੇ ਜਿੱਥੇ ਹਰਿਆਣਾ ਦੀ ਨਵੀਂ ਸਰਕਾਰ ਦਾ ਵਿਸਥਾਰ ਹੋਇਆ, ਮੁੱਖ ਮੰਤਰੀ ਤੇ ਕੈਬਨਿਟ ਮੰਤਰੀਆਂ ਨੇ ਅਹੁਦੇ ਦੀ ਸਹੁੰ ਚੁੱਕੀ, ਤਾਂ ਦੂਜੇ ਪਾਸੇ ਅਨਿਲ ਵਿੱਚ ਰੁੱਸ ਕੇ ਆਪਣੇ ਘਰ ਆ ਚੁੱਕੇ ਨੇ। ਦੱਸ ਦਈਏ ਕਿ ਖੁਦ ਗੱਡੀ ਚਲਾ ਕੇ ਅੰਬਾਲਾ ਵਿਖੇ ਆਪਣੀ ਰਿਹਾਇਸ਼ ਤੇ ਪਹੁੰਚੇ ਨੇ ਔਰ ਘਰ ਦੇ ਵਿੱਚ ਇੱਕ ਬੱਚੇ ਨੂੰ ਖਿਡਾ ਰਹੇ ਨੇ। ਤਸਵੀਰਾਂ ਦੇ ਵਿੱਚ ਨਜ਼ਰ ਆ ਰਹੇ ਨੇ ਸਾਬਕਾ ਕੈਬਨਿਟ ਮੰਤਰੀ ਅਨਿਲ ਵਿੱਜ। ਦੱਸ ਦਈਏ ਕਿ ਕੈਬਨਿਟ ਮੰਤਰੀਆਂ ਦਾ ਅੱਜ ਵਿਸਥਾਰ ਹੋਇਆ, ਰਾਜਪਾਲ ਭਵਨ ਦੇ ਵਿੱਚ ਸਹੁੰ ਚੁੱਕ ਸਮਾਗਮ ਹੋਇਆ, ਉੱਥੇ ਅਨਿਲ ਵਿੱਜ ਨਹੀਂ ਪਹੁੰਚੇ ਤਾਂ ਰੁੱਸ ਕੇ ਆਪਣੇ ਘਰ ਆ ਚੁੱਕੇ ਨੇ। ਹਰਿਆਣਾ ਦੇ ਵਿੱਚ ਨਵੇਂ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਬਣ ਚੁੱਕੇ ਨੇ ਔਰ ਦੂਜੇ ਪਾਸੇ ਖਫਾ ਹੋਏ ਅਨਿਲ ਵਿੱਜ, ਸਾਬਕਾ ਸਿਹਤ ਮੰਤਰੀ ਹਰਿਆਣਾ ਆਪਣੇ ਘਰ ਅੰਬਾਲਾ ਰਿਹਾਇਸ਼ ਦੇ ਵਿੱਚ ਪਹੁੰਚ ਗਏ ਨੇ। ਨਵੀਂ ਸਰਕਾਰ ਬਣਨ ਤੇ ਕਿਤੇ ਨਾ ਕਿਤੇ ਨਾਰਾਜ਼ ਹੁੰਦੇ ਦਿਖਾਈ ਦੇ ਰਹੇ ਨੇ, ਚੱਲਦੀ ਮੀਟਿੰਗ ਦੇ ਵਿੱਚੋਂ ਬਾਹਰ ਆ ਜਿਹੜਾ ਉੱਠ ਕੇ ਆਏ ਨੇ। ਸੂਤਰਾਂ ਦੇ ਮੁਤਾਬਿਕ ਅਨਿਲ ਵਿੱਜ ਨੂੰ ਡਿਪਟੀ ਸੀਐਮ ਦੀ ਆਫਰ ਦਿੱਤੀ ਗਈ ਸੀ ਜੋ ਇਹਨਾਂ ਨੇ ਨਾ ਮਨਜ਼ੂਰ ਕੀਤੀ, ਤਾਂ ਰੁੱਸ ਕੇ ਆਪਣੇ ਘਰ ਆ ਚੁੱਕੇ ਨੇ, ਨਾਰਾਜ਼ ਹੋਏ ਨੇ ਔਰ ਇੱਕ ਘਰ ਦੇ ਵਿੱਚ ਬੱਚੇ ਨਾਲ ਖੇਡਦੇ ਹੋਏ ਨਜ਼ਰ ਆ ਰਹੇ ਨੇ। ਦੱਸ ਦਿਓ ਕਿ ਅੱਜ ਹਰਿਆਣਾ ਦਾ ਸਿਆਸੀ ਪਾਰਾ ਪੂਰਾ ਅੰਬਰਾਂ 'ਤੇ ਸੀ, ਕਿਉਂਕਿ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ ਵੱਲੋਂ ਅਸਤੀਫਾ ਦਿੱਤਾ ਗਿਆ, ਭਾਜਪਾ ਦੇ ਵੱਲੋਂ ਨਵੇਂ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੂੰ ਐਲਾਨ ਦਿੱਤਾ, ਤਾਂ ਅਨਿਲ ਵਿੱਜ ਚੱਲਦੀ ਮੀਟਿੰਗ ਦੇ ਵਿੱਚੋਂ ਉੱਠ ਕੇ ਆਏ, ਖੁਦ ਕਾਰ ਨੂੰ ਚਲਾ ਕੇ ਆਪਣੇ ਘਰ ਦੇ ਵਿੱਚ ਪਹੁੰਚੇ ਨੇ ਔਰ ਮੂਡ ਆ ਜਿਹੜਾ ਰਿਲੈਕਸ ਹੁੰਦਾ ਨਜ਼ਰ ਆਇਆ, ਨਾਲ ਇੱਕ ਬੱਚੇ ਨਾਲ ਖੇਡਦੇ ਵੀ ਦਿਖਾਈ ਦਿੱਤੇ ਨੇ।